ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਸ਼ੋਅਜ਼ ਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾ ਦਿਓ ਤੇ ਦੇਖੋ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਦੀ ਸਭ ਤੋਂ ਵੱਡੀ ਖਬਰ ਇਹੀ ਹੈ ਕਿ ਗੁਰਜੰਟ ਸਿੰਘ ਨੇ ਪੰਜਾਬ ਵਿੱਚ ਵਾਪਸ ਆਉਣ ਦਾ ਫੈਸਲਾ ਲੈ ਲਿਆ ਹੈ। ਜੀ ਹਾਂ ਦੋਸਤੋ, ਗੁਰਜੰਟ ਸਿੰਘ ਵਾਪਸ ਭਾਰਤ ਪੰਜਾਬ ਦੇ ਵਿੱਚ ਆਏਗਾ। ਜੀ ਹਾਂ ਦੋਸਤੋ, ਗੁਰਜੰਟ ਸਿੰਘ ਜੋ ਕਿ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਰਹਿੰਦਾ ਹੈ ਤੇ ਉਸਨੇ ਉੱਥੋਂ ਸਾਰੇ ਸਿੰਗਰਾਂ ਦਾ ਲੱਚਰ ਲਾਣੇ ਦਾ ਵਿਰੋਧ ਸ਼ੁਰੂ ਕੀਤਾ ਤੇ ਹੁਣ ਉਹ ਇੱਕ ਬਹੁਤ ਹੀ ਵੱਡਾ ਪ੍ਰਚਾਰਕ ਬਣ ਚੁੱਕਿਆ ਹੈ। ਜੀ ਹਾਂ ਦੋਸਤੋ, ਗੁਰਜੰਟ ਸਿੰਘ ਨੇ ਪੰਜਾਬ ਵਾਪਸ ਆ ਕੇ ਲੜਨ ਦਾ ਫੈਸਲਾ ਲੈ ਲਿਆ ਹੈ। ਸੋ ਦੋਸਤੋ, ਦੱਸਣਾ ਚਾਹਾਂਗੇ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਦਾ ਵੀ ਪਰਦਾਫਾਸ਼ ਗੁਰਜੰਟ ਸਿੰਘ ਨੇ ਹੀ ਆਪਣੇ ਫੇਸਬੁੱਕ ਪੇਜ ਰਾਹੀਂ ਤੇ ਕੁਝ ਰਿਕਾਰਡਿੰਗਾਂ ਰਾਹੀਂ ਕੀਤਾ। ਸੋ ਦੋਸਤੋ, ਹੁਣ ਗੁਰਜੰਟ ਸਿੰਘ ਉਸ ਦਾ ਪਰਦਾਫਾਸ਼ ਕਰਨ ਭਾਰਤ ਵਿੱਚ ਯਾਨੀ ਕਿ ਪੰਜਾਬ ਵਿੱਚ ਆ ਕੇ ਲੜੇਗਾ ਤੇ ਸਰਕਾਰ ਨਾਲ ਸਿੱਧੀ ਟੱਕਰ ਲਵੇਗਾ। ਜੀ ਹਾਂ ਦੋਸਤੋ, ਗੁਰਜੰਟ ਸਿੰਘ ਕੋਲ ਬਹੁਤ ਹੀ ਸਾਰੇ ਸਬੂਤ ਇਕੱਠੇ ਹਨ ਤੇ ਜੋ ਕਿ ਆ ਕੇ ਪੰਜਾਬ ਦੇ ਵਿੱਚ ਉਹ ਸਭ ਨੂੰ ਦਿਖਾਵੇਗਾ ਤੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਵੇਗਾ। ਸੋ ਦੋਸਤੋ, ਬਹੁਤ ਹੀ ਸਾਰੇ ਲੋਕ ਕਹਿੰਦੇ ਸਨ ਕਿ ਗੁਰਜੰਟ ਸਿੰਘ ਪੰਜਾਬ ਵਿੱਚ ਆ ਕੇ ਲੜੇ ਤੇ ਪੰਜਾਬ ਵਿੱਚ ਆ ਕੇ ਵਿਰੋਧ ਕਰੇ। ਸੋ ਦੋਸਤੋ, ਉਹਨਾਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ। ਗੁਰਜੰਟ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਗੁਰਜੰਟ ਸਿੰਘ 2 ਮਹੀਨੇ ਤੱਕ ਪੰਜਾਬ ਵਿੱਚ ਵਾਪਸ ਆਵੇਗਾ ਤੇ ਇੱਥੇ ਆ ਕੇ ਲੜਾਈ ਨੂੰ ਦੁਬਾਰਾ ਸ਼ੁਰੂ ਕਰੇਗਾ ਤੇ ਉਹਨਾਂ ਲੋਕਾਂ ਨਾਲ ਲੜੇਗਾ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਵਿੱਚ ਸ਼ਾਮਿਲ ਸਨ। ਸੋ ਦੋਸਤੋ, ਹਰ ਨਵੀਂ ਵੀਡੀਓ ਦੇਖਣ ਲਈ ਸਾਡੇ ਪੰਜਾਬੀ ਲਾਈਵ ਸ਼ੋਅਜ਼ ਨੂੰ ਕਰ ਦਿਓ ਸਬਸਕ੍ਰਾਈਬ। ਧੰਨਵਾਦ।